ਹਾਂ ਜੀ, ਅਸੀਂ ਸਮੂਹਰਾਣੀ ਸਰਕਾਰੀ ਕਾਲਜ ਇਸਤਰੀਆਂ ਤੋਂ ਸਮੂਹ ਗੈਸਟ ਫੈਕਲਟੀ ਸਹਾਇਕ ਪ੍ਰੋਫੈਸਰ ਗੱਲ ਕਰ ਰਹੇ ਹਾਂ। ਸਾਡੀ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਨੂੰ ਗੁਜ਼ਾਰਿਸ਼ ਹੈ ਕਿ ਜਿਸ ਤਰ੍ਹਾਂ ਪਿਛਲੇ ਦਿਨੀ ਡਬਲ ਬੈਂਚ ਦਾ ਫੈਸਲਾ ਆਇਆ ਆ, ਉਹਦੇ ਵਿੱਚ ਜਿਹੜੇ 11-58 ਨਵੇਂ ਭਰਤੀ ਕੀਤੇ ਜਾ ਰਹੇ ਟੀਚਰ ਨੇ, ਉਹਨਾਂ ਨੂੰ ਕਾਲਜਾਂ ਦੇ ਵਿੱਚ ਜੁਆਇਨ ਕਰਾਉਣ ਸੰਬੰਧੀ ਵਿਚਾਰਾਂ ਚੱਲ ਰਹੀਆਂ ਨੇ। ਜਦੋਂ ਇਹ ਭਰਤੀ ਨਿਕਲੀ ਸੀ ਉਦੋਂ ਵੀ ਸਾਡੇ ਸਿਰ 'ਤੇ ਬੜੀ ਵੱਡੀ ਤਲਵਾਰ ਲਟਕੀ ਸੀ। ਅਸੀਂ ਭਗਵੰਤ ਮਾਨ ਜੀ ਨੂੰ ਬੇਨਤੀ ਕਰਨੀ ਚਾਹੁੰਦੇ ਹਾਂ ਕਿ ਅਸੀਂ ਪਿਛਲੇ 20 ਸਾਲਾਂ ਤੋਂ ਸਰਕਾਰੀ ਕਾਲਜਾਂ ਨੂੰ ਜਿਹੜਾ ਹੈ ਉਹ ਚਲਾਇਆ ਹੋਇਆ ਹੈ, ਔਰ ਸਾਡੇ ਪੜ੍ਹੇ ਹੋਏ ਬੱਚੇ ਪ੍ਰੋਫੈਸਰ ਬਣੇ ਨੇ, ਅਫਸਰ ਬਣੇ ਨੇ, ਔਰ ਅਸੀਂ ਪੂਰੀ ਤਨਦੇਹੀ ਨਾਲ ਇਹਨਾਂ ਕਾਲਜਾਂ ਦੇ ਵਿੱਚ ਕੰਮ ਕਰ ਕੀਤਾ ਹੈ। ਪਰ ਜਦੋਂ ਭਰਤੀ ਨਿਕਲੀ ਉਸ ਵੇਲੇ ਵੀ ਸਾਡੀ ਜਿਹੜੀ ਆ ਬੁਰੀ ਹਾਲਤ ਪਈ। ਅਸੀਂ ਧਰਨੇ ਲਾਏ, ਸਟਰਗਲ ਕੀਤੀ ਕਿ ਸਾਡਾ ਭਵਿੱਖ ਜਿਹੜਾ ਆ ਉਹਨੂੰ ਸੁਰੱਖਿਅਤ ਕੀਤਾ ਜਾਵੇ। ਅੱਜ ਵੀ ਸਾਡੇ ਇਹੀ ਤਲਵਾਰ ਲਟਕ ਰਹੀ ਹੈ ਕਿ ਸਾਡਾ ਭਵਿੱਖ ਜਿਹੜਾ ਹੈ ਉਹ ਧੁੰਦਲਾ ਨਜ਼ਰ ਆ ਰਿਹਾ ਆ। ਅਸੀਂ ਪੂਰਾ ਕੰਮ ਕਰਨ ਦੇ ਬਾਵਜੂਦ ਵੀ ਸਾਨੂੰ ਜਿਹੜਾ ਆ ਉਹ ਸਾਡੀ ਜੋਬ ਸਿਕਿਉਰਿਟੀ ਨਹੀਂ ਹੈ। ਸੋ ਮਾਨ ਸਾਹਿਬ, ਅਸੀਂ ਆਪ ਜੀ ਨੂੰ ਬੇਨਤੀ ਕਰਨੀ ਚਾਹੁੰਦੇ ਹਾਂ ਕਿ ਅਸੀਂ 20 ਪੂਰੇ ਥਰੂ ਚੈਨਲ ਜਿਹੜਾ ਹੈ ਉਹ ਕਾਲਜਾਂ ਦੇ ਵਿੱਚ ਚੁਣ ਕੇ ਆਏ ਹੋਏ ਹਾਂ। ਸਾਡੀ ਇੰਟਰਵਿਊਜ਼ ਹੋਈ ਨੇ, ਸਾਡੀਆਂ ਐਡ ਨਿਕਲੀਆਂ ਨੇ, ਪ੍ਰੋਪਰ ਥਰੂ ਚੈਨਲ ਅਸੀਂ ਜਿਹੜਾ ਆ ਇਸ ਕਾਲਜ ਦਾ ਹਿੱਸਾ ਬਣੇ ਹਾਂ, ਔਰ ਅਸੀਂ ਜਿੰਨੇ ਡੈਡੀਕੇਸ਼ਨ ਦੇ ਨਾਲ ਕੰਮ ਕੀਤਾ ਆ ਇਹ ਸਾਰਾ ਪੰਜਾਬ ਜਾਣਦਾ ਆ, ਕਿਉਂਕਿ ਜੇਕਰ ਅਸੀਂ ਨਾ ਹੁੰਦੇ ਤਾਂ ਪੰਜਾਬ ਦੇ ਕਾਲਜ ਅੱਜ ਬੰਦ ਹੋਣ ਦੀ ਕਗਾਰ 'ਤੇ ਹੁੰਦੇ। ਸੋ ਇਸ ਕਰਕੇ ਸਾਨੂੰ ਕਿਸੇ ਨਾਲ ਕੋਈ ਵੀ ਰੰਜਿਸ਼ ਨਹੀਂ ਹੈ, ਸਾਡਾ ਭਵਿੱਖ ਸਿਕਿਓਰ ਕੀਤਾ ਜਾਵੇ। ਸਾਡੀ ਆਪ ਜੀ ਨੂੰ ਬੇਨਤੀ ਹੈ ਕਿ ਤੁਸੀਂ ਬੜੀ ਸੁਣਦੇ ਹੋ, ਅਸੀਂ ਇਹ ਵੀਡੀਓ ਆਪ ਤੱਕ ਕਿਸੇ ਮਾਧਿਅਮ ਰਾਹੀਂ ਜਿਹੜੀ ਉਹ ਪਹੁੰਚ ਜਾਵੇ, ਤਾਂ ਕਿ ਸਾਡੀ ਮੁਸ਼ਕਲ ਜਿਹੜੀ ਆ ਉਹ ਸਾਨੂੰ ਸਾਹਮਣੇ ਉਠਾ ਕੇ ਸਾਡੀ ਸੁਣੀ ਜਾਵੇ। ਅਸੀਂ 20-20 ਸਾਲਾਂ ਤੋਂ ਕੰਮ ਕਰ ਰਹੇ, ਸਾਡੀ ਕੋਈ ਸੀਨੀਓਰਿਟੀ ਨਹੀਂ ਹੈ। ਅੱਜ ਜਿਹੜੇ ਬੱਚੇ ਆਉਣਗੇ ਉਹ ਸਾਡੇ ਸਿਰਾਂ ਦੇ ਉੱਪਰ ਆ ਕੇ ਬੈਠਣਗੇ, ਸੀਨੀਓਰਿਟੀ ਉਹਨਾਂ ਦੀ ਹੋਏਗੀ, ਸਾਡਾ ਕੁਛ ਨਹੀਂ ਹੋਏਗਾ, ਔਰ ਸਾਡਾ ਭਵਿੱਖ ਖਤਰੇ ਦੇ ਵਿੱਚ ਹੈ। ਸੋ ਇਸ ਕਰਕੇ ਆਪ ਜੀ ਨੂੰ ਬੇਨਤੀ ਹੈ ਕਿ ਸਾਡੀ ਇਸ ਮੰਗ ਨੂੰ ਪੂਰਾ ਕੀਤਾ ਜਾਵੇ, ਸਾਡੀ ਜੋਬ ਸਿਕਿਉਰਿਟੀ ਦਿੱਤੀ ਜਾਵੇ, ਸਾਡੀ ਸੀਨੀਓਰਿਟੀ ਦਿੱਤੀ ਜਾਵੇ, ਤਾਂ ਕਿ ਅਸੀਂ ਇੱਕ ਚੰਗਾ ਜੀਵਨ ਜਿਹੜਾ ਆ ਉਹ ਟੀਚਰ ਵਾਲਾ ਬਤੀਤ ਕਰ ਸਕੀਏ। ਧੰਨਵਾਦ।